ਜਿਹੜਾ ਕਿ ਕਰੋਨਾ ਨੂੰ ਲੈ ਕੇ ਹੁਣ ਐਗਜ਼ਾਮ ਵੀ ਸ਼ੁਰੂ ਹੋ ਰਹੇ ਆ ਬੱਚਿਆਂ ਦੇ ਅਤੇ ਕਰੋਨਾ ਵੀ ਲਗਾਤਾਰ ਲੁਧਿਆਣੇ ਦੇ ਵਿੱਚ ਖਾਸ ਕਰਕੇ ਕਾਫੀ ਫੈਲ ਰਿਹਾ ਸਟੂਡੈਂਟਸ ਦੇ ਵਿੱਚ ਅਧਿਆਪਕਾਂ ਦੇ ਵਿੱਚ ਉਸ ਨੂੰ ਲੈ ਕੇ ਸਰ ਸਿੱਖਿਆ ਵਿਭਾਗ ਵੱਲੋਂ ਤੁਹਾਡੇ ਵੱਲੋਂ ਐਜ਼ ਐਜੂਕੇਸ਼ਨ ਔਫਿਸਰ ਹੋਣ ਵਾਸਤੇ ਕੀ ਹਦਾਇਤਾਂ ਹੈਗੀਆਂ ਨੇ ਸਕੂਲਾਂ ਨੂੰ ਖਾਸ ਕਰਕੇ? ਹਾਂਜੀ, ਸਰਕਾਰ ਦੇ ਵੱਲੋਂ ਵੱਖ ਵੱਖ ਸਮੇਂ 'ਤੇ ਜਿਹੜੇ ਹੈਗੇ ਆ ਪ੍ਰੋਟੋਕੋਲਸ ਉਹ ਜਾਰੀ ਕੀਤੇ ਜਾਂਦੇ ਨੇ। ਕੱਲ੍ਹ ਵੀ ਸਰਕਾਰ ਵੱਲੋਂ ਸਿੱਖਿਆ ਵਿਭਾਗ ਵੱਲੋਂ ਇੱਕ ਚਿੱਠੀ ਇਸ਼ੂ ਕੀਤੀ ਗਈ ਆ ਜਿਹੜੀ ਕਿ ਸੰਬੰਧਿਤ ਸਕੂਲਾਂ ਨੂੰ ਭੇਜ ਦਿੱਤੀ ਗਈ ਆ ਵੀ ਜੋ ਵੀ ਕੋਵਿਡ-19 ਦੀਆਂ ਇੰਸਟਰਕਸ਼ਨਸ ਨੇ ਉਹਨਾਂ ਨੂੰ ਸਟ੍ਰਿਕਟਲੀ ਫੋਲੋ ਕੀਤਾ ਜਾਵੇ ਅਤੇ ਮਾਸਕ ਵਗੈਰਾ ਪਹਿਨਣਾ ਬਹੁਤ ਜ਼ਰੂਰੀ ਆ ਬੱਚਿਆਂ ਦੇ ਲਈ ਵੀ ਅਧਿਆਪਕਾਂ ਦੇ ਲਈ ਵੀ। ਸੋਸ਼ਲ ਡਿਸਟੈਂਸਿੰਗ ਉਹ ਵੀ ਜ਼ਰੂਰੀ ਆ ਜਿਹੜਾ ਹੈਗਾ ਸਕੂਲਾਂ ਦੇ ਵਿੱਚ, ਮਤਲਬ ਕਿ ਜਿਹੜੇ ਸੈਂਸਿਟਿਵ ਪੁਆਇੰਟਸ ਨੇ ਉਹਨਾਂ 'ਤੇ ਇਕੱਠ ਵਗੈਰਾ ਨਾ ਬਹੁਤਾ ਕੀਤਾ ਜਾਵੇ ਅਤੇ ਜਿੱਥੇ ਲੋੜ ਆ ਸੈਨੇਟਾਈਜੇਸ਼ਨ ਦੀ ਉੱਥੇ ਸੈਨੇਟਾਈਜ਼ ਵੀ ਕਰਵਾਇਆ ਜਾਵੇ, ਕਿਉਂਕਿ ਆਪਾਂ ਨੇ ਸਾਰਿਆਂ ਨੇ ਰਲ ਕੇ ਹੀ ਇਹ ਜਿਹੜਾ ਕੋਵਿਡ-19 ਆ ਇਹਦੇ ਖਿਲਾਫ ਆਪਾਂ ਨੇ ਲੜਾਈ ਲੜਨੀ ਆ ਵੀ ਤਾਂ ਕਿ ਜਿਹੜੀਆਂ ਸਾਡੀਆਂ ਕੀਮਤੀ ਜਾਨਾਂ ਨੇ ਉਹਨਾਂ ਨੂੰ ਅਸੀਂ ਬਚਾਈਏ। ਸਰ, ਜਿਵੇਂ ਕਿ ਪ੍ਰੀਖਿਆਵਾਂ ਹੋ ਰਹੀਆਂ ਨੇ, ਹੁਣ ਪ੍ਰੀਖਿਆਵਾਂ ਚੱਲ ਰਹੀਆਂ ਨੇ 8ਵੀਂ ਦੀਆਂ ਅਤੇ ਹੋਰ ਕਲਾਸਾਂ ਦੀਆਂ, ਅਤੇ ਇੱਕ ਮਾਪਿਆਂ ਦਾ ਵੀ ਛੋਟਾ ਜਿਹਾ ਕੰਸਰਨ ਹੈਗਾ ਕਿ ਜੇਕਰ ਔਨਲਾਈਨ ਜੇ ਬੱਚਿਆਂ ਦੇ ਐਗਜ਼ਾਮ ਹੋ ਸਕੇ ਜੋ ਪੋਸੀਬਿਲਿਟੀ ਹੈਗੀ, ਕਿਉਂਕਿ ਸਕੂਲਾਂ ਦੇ ਵਿੱਚ ਕਾਫੀ ਕੇਸਿਸ ਵੱਧ ਰਹੇ ਆ, ਉਸ ਨੂੰ ਲੈ ਕੇ ਕੋਈ ਗੱਲਬਾਤ ਚੱਲ ਰਹੀ ਹੋਵੇ ਜਾਂ ਮਹਿਕਮੇ ਵੱਲੋਂ ਕੋਈ ਹਦਾਇਤਾਂ ਇੱਦਾਂ ਦੀ ਜਾਰੀ? ਬੱਚਿਆਂ ਦੇ ਪ੍ਰੀ ਬੋਰਡ ਐਗਜ਼ਾਮ ਚੱਲ ਰਹੇ ਨੇ ਹੁਣ ਅਤੇ ਜਿਹੜੇ ਬੱਚੇ ਨੇ ਬੜੇ ਵਧੀਆ ਤਰੀਕੇ ਦੇ ਨਾਲ ਪਾਰਟੀਸਪੇਟ ਕਰ ਰਹੇ ਨੇ ਇਹਨਾਂ ਐਗਜ਼ਾਮਸ ਦੇ ਵਿੱਚ, ਅਤੇ ਸਕੂਲ ਮੁਖੀ ਸਾਹਿਬਾਨ ਖੁਦ ਉਹਨਾਂ ਨੂੰ ਪਤਾ ਵੀ ਸਿਚੁਏਸ਼ਨ ਕਿੰਨੀ ਕੁ ਗੰਭੀਰ ਆ ਕਿਸੇ ਸਕੂਲ ਦੀ, ਉਸ ਤਰੀਕੇ ਦੇ ਨਾਲ ਉਹ ਬੜੇ ਵਧੀਆ ਆਪਣੇ ਲੈਵਲ 'ਤੇ ਫੈਸਲੇ ਲੈ ਕੇ ਜਿਹੜਾ ਹੈਗਾ ਇਹ ਕੰਮ ਕਰ ਰਹੇ ਨੇ ਅਤੇ ਉਹਨਾਂ ਦੇ ਨਾਲ ਇਹ ਆ ਵੀ ਮਾਪੇ ਵੀ ਸਹਿਯੋਗ ਕਰ ਰਹੇ ਨੇ ਵੀ ਤਾਂ ਕਿ ਜਿਹੜਾ ਹੈਗਾ ਅਸੀਂ ਕੋਵਿਡ-19 ਨੂੰ ਕਿਵੇਂ ਨਾ ਕਿਵੇਂ ਅਸੀਂ ਠੱਲ ਪਾ ਲਈਏ। ਸਰ, ਸਿੱਖਿਆ ਵਿਭਾਗ ਵੱਲੋਂ ਇੱਕ ਹਦਾਇਤ ਕੀਤੀ ਗਈ ਹੈ ਕਿ ਜਿੱਦਾਂ ਸਕੂਲਾਂ ਦੇ ਵਿੱਚ ਨੋਡਲ ਅਫਸਰ ਜਿਹੜੇ ਆ ਉਹਨਾਂ ਦੀ ਬਣਾਏ ਜਾਣ, ਅਧਿਆਪਕਾਂ ਦੇ ਵਿੱਚੋਂ ਵੀ ਇੱਕ ਬੱਚੇ ਨੂੰ ਮੋਨੀਟਰ ਬਣਾਇਆ ਜਾਵੇ, ਸਰ ਉਹ ਕਿੱਦਾਂ ਦਾ ਹੈਗਾ ਆ ਸਿਸਟਮ ਕਿ ਬੱਚੇ ਇਸ ਨਾਲ ਅਵੇਅਰ ਹੋ ਸਕਣਗੇ ਵੱਧ ਤੋਂ ਵੱਧ ਜਾਂ ਟੀਚਰ ਅਵੇਅਰ ਹੋਣਗੇ? ਵੈਸੇ ਤਾਂ ਅਸੀਂ ਹਰ ਤਰੀਕੇ ਦੀ ਜੋ ਵੀ ਸਾਨੂੰ ਲੈਟਰ ਮਿਲਦੀ ਆ ਅਸੀਂ ਉਹ ਅੱਗੇ ਪਾਸ ਔਨ ਕਰਦੇ ਹਾਂ ਸਰਕੂਲੇਟ ਹੁੰਦੀ ਆ ਸਕੂਲਾਂ ਦੇ ਵਿੱਚ ਵੀ ਤਾਂ ਕਿ ਵੱਧ ਤੋਂ ਵੱਧ ਅਵੇਅਰਨੈਸ ਦਿੱਤੀ ਜਾਵੇ। ਜਿਵੇਂ ਸਿੱਖਿਆ ਵਿਭਾਗ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਇਹਦੇ ਅਨੁਸਾਰ ਜਿਹੜੇ ਹੈਗੇ ਆ ਹੁਣ ਸਕੂਲਾਂ ਦੇ ਵਿੱਚ ਇੰਸਟਰਕਟ ਕਰਾਂਗੇ ਵੀ ਉੱਥੇ ਇੱਕ ਨੋਡਲ ਟੀਚਰ ਲਾ ਦਿੱਤਾ ਜਾਵੇ ਅਤੇ ਜਿਹੜੇ ਮੋਨੀਟਰਸ ਨੇ ਉਹਨਾਂ ਨੂੰ ਵੀ ਅਵੇਅਰ ਕੀਤਾ ਜਾਵੇ ਜਿਸ ਤਰ੍ਹਾਂ ਵੱਡੀ ਗਰੁੱਪਸ ਕੰਮ ਕਰਦੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਇਹ ਟੀਚਰਸ ਹੋਣਗੇ ਜਾਂ ਇਹ ਵਿਦਿਆਰਥੀ ਹੋਣਗੇ ਉਹ ਕੰਮ ਕਰਨਗੇ ਅਤੇ ਇਹਦੀ ਅਵੇਅਰਨੈਸ ਜ਼ਰੂਰ ਚਾਹੀਦੀ। ਸਰ, ਆਖਰੀ ਸਵਾਲ ਹੈ, ਜਿੱਦਾਂ ਹਜੇ ਵੀ ਕੁਛ ਜਿਹੜੇ ਬਹੁਤ ਬੈਕਵਰਡ ਇਲਾਕੇ ਦੇ ਵਿੱਚ ਸਕੂਲ ਹੈਗੇ ਨੇ ਜਾਂ ਕਿਤੇ ਪ੍ਰਵਾਸੀ ਜ਼ਿਆਦਾ ਬੱਚੇ ਪੜ੍ਹਦੇ ਆ, ਉੱਥੇ ਫੋਲੋ ਨਹੀਂ ਕੀਤੇ ਜਾਂਦੇ ਰੂਲਸ, ਉਹ ਲੱਗਦਾ ਕਿ ਤੁਸੀਂ ਆਪ ਵੀ ਇਹਨਾਂ ਬਾਰੇ ਰਿਐਲਿਟੀ ਚੈੱਕ ਕਰੋਗੇ ਜਾਂ ਗਰਾਊਂਡ ਲੈਵਲ 'ਤੇ ਜਾ ਕੇ ਇਹਨਾਂ ਸਕੂਲਾਂ ਨੂੰ ਹਦਾਇਤਾਂ ਜਾਰੀਆਂ ਹੋਣਗੀਆਂ ਉਹ ਥੋੜ੍ਹਾ? ਹਾਂ ਬਿਲਕੁਲ, ਮੇਰੀ ਵੀ ਕੋਸ਼ਿਸ਼ ਇਹ ਹੈ ਵੀ ਉਹਨਾਂ ਸਕੂਲਾਂ ਦੇ ਵਿੱਚ ਮੈਂ ਜਾਊਂਗਾ, ਜਾ ਕੇ ਬਕਾਇਦਾ ਜਿਹੜਾ ਹੈਗਾ ਟੀਚਰਸ ਨੂੰ ਮਿਲਾਂਗੇ ਅਤੇ ਉਹਨਾਂ ਨੂੰ ਅਵੇਅਰਨੈਸ ਦੇਈਏ ਅਤੇ ਬੱਚਿਆਂ ਨੂੰ ਵੀ ਮੋਟੀਵੇਟ ਕਰੀਏ, ਪੇਰੈਂਟਸ ਨੂੰ ਵੀ ਕਰੀਏ ਵੀ ਤਾਂ ਕਿ ਜਿਹੜੀ, ਕਿਉਂਕਿ ਇਹ ਇੱਕ ਟੀਮ ਵਰਕ ਆ, ਇਹ ਆਪਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਹੀ ਲੜਾਈ ਲੜਨੀ ਆ ਇਹ ਵੀ ਬੱਚਿਆਂ ਨੂੰ ਆਪਾਂ ਜਾਗਰਤੀ ਦੇਈਏ, ਜਿਹੜੇ ਪੇਰੈਂਟਸ ਨੂੰ ਉਹਨਾਂ ਨੂੰ ਵੀ ਆਪਾਂ ਅਵੇਅਰਨੈਸ ਦੇਈਏ ਵੀ ਜੋ ਵੀ ਕੋਵਿਡ-19 ਦੇ ਬਚਾਅ ਦੇ ਲਈ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਉਹਨਾਂ ਦੀ ਆਪਾਂ ਪੂਰੇ ਤਨਦੇਹੀ ਦੇ ਨਾਲ ਪਾਲਣਾ ਕਰੀਏ। Subscribe to our YouTube channel News DNN by clicking the bell icon. Don't forget to like, comment and share.